ਹੁਣ ਤਾਂ ਸਰਕਾਰ ਕਹੀ ਜਾਂਦੀ ਹੈ ਵੀ ਫਟਾਫਟ ਪਿੰਡ ਚੋਂ ਉੱਠ ਕੇ ਚੱਲ ਜਾਓ, ਡੇਰਿਆਂ ਤੋਂ ਉੱਠ ਕੇ ਚੱਲ ਜਾਣਾ। 88 ਤੋਂ ਇਲਾਵਾ ਬਾਅਦ 'ਚ ਹੜ੍ਹ ਨਹੀਂ ਆਇਆ ਅਤੇ ਇਹਨਾਂ ਦੇ ਕੰਨ 'ਤੇ ਜੂਨ ਨਹੀਂ ਸਰਕੀ। ਹਰ ਸਾਲ ਜਦੋਂ ਇਹ ਦਿਨ ਆਉਂਦੇ ਆ ਸਾਡੀ ਜਾਨ ਤਲੀ 'ਤੇ ਆ ਜਾਂਦੀ ਹੈ। ਭਾਖੜਾ ਬੰਨ੍ਹ ਤੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਰਿਆ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਨੇ ਅਤੇ ਇਸ ਸਮੇਂ ਦਰਿਆ 'ਚ 90,000 ਕਿਊਸਿਕ ਪਾਣੀ ਚੱਲ ਰਿਹਾ ਜੋ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਅੰਦਰ 70,000 ਕਿਊਸਿਕ ਪਾਣੀ ਸੰਭਾਲਣ ਦੀ ਸਮਰੱਥਾ ਹੈ ਅਤੇ ਇਸ ਤੋਂ ਬਾਅਦ ਇਹ ਵਗਦਾ ਪਾਣੀ ਕਦੇ ਵੀ ਦਰਿਆ ਕਿਨਾਰੇ ਬਣੇ ਧੂਸੀ ਬੰਨ ਨੂੰ ਖੋਰਾ ਲਗਾ ਕੇ ਪਿੰਡਾਂ ਵਿੱਚ ਤਬਾਹੀ ਮਚਾ ਸਕਦਾ। ਜਾਣਕਾਰੀ ਅਨੁਸਾਰ ਭਾਖੜਾ ਬੰਨ ਤੋਂ ਹੋਰ ਪਾਣੀ ਛੱਡਿਆ ਜਾ ਚੁੱਕਿਆ ਅਤੇ ਸੰਭਾਵਨਾ ਇਹ ਹੈ ਕਿ ਸ਼ਾਮ ਤੱਕ ਦਰਿਆ ਵਿੱਚ 1.50 ਲੱਖ ਕਿਊਸਿਕ ਤੋਂ ਪਾਣੀ ਵੱਧ ਆ ਸਕਦਾ ਹੈ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਦਰਿਆ ਕਿਨਾਰੇ ਵਸਦੇ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ। ਜਲੰਧਰ ਵਾਸੀਆਂ ਦਾ ਕਹਿਣਾ ਕਿ ਸਭ ਕੁਝ ਪਹਿਲਾਂ ਪਤਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਬਲਦੇਵ ਸਿੰਘ ਜੀ, ਜਿਹੜਾ ਫਲੱਡ ਆ ਰਿਹਾ ਹੈਗਾ ਵਾ, ਸਤਲੁਜ ਦਰਿਆ ਦੇ ਕੰਢੇ ਖੜੇ ਹਾਂ ਆਪਾਂ, ਹਾਂਜੀ, ਇੱਥੇ ਕਿੰਨੇ ਪਿੰਡ ਹੈਗੇ ਆ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਪਾਣੀ ਆਉਣ ਦੀ ਸੰਭਾਵਨਾ ਬਣੀ ਹੋਈ ਹੈਗੀ ਆ? ਦੇਖੋ ਜੀ, ਇੱਥੇ ਜਿਹੜੇ ਪਿੰਡ ਆ ਲਗਭਗ 40 ਤੋਂ 50 ਪਿੰਡ ਇਸ ਦਰਿਆ ਦੇ ਥੱਲੇ, ਇੱਥੋਂ ਜਿਹੜੇ ਕਿ ਸਾਡੇ ਪਿੰਡ ਤੋਂ ਸ਼ੁਰੂ ਹੋ ਕੇ ਜਿਹੜੇ ਥੱਲੇ ਨੂੰ ਆਉਂਦੇ ਆ। ਠੀਕ ਹੈ। ਔਰ ਸਾਡੇ ਇਹ ਅੱਜ ਦੀ ਨਹੀਂ ਸਮੱਸਿਆ, ਹਰ ਸਾਲ ਜਦੋਂ ਇਹ ਦਿਨ ਆਉਂਦੇ ਆ ਸਾਡੀ ਜਾਨ ਤਲੀ 'ਤੇ ਆ ਜਾਂਦੀ ਹੈ। ਸਾਨੂੰ ਇਹ ਰਹਿਣ ਬਹਿਣ ਦਾ, ਪਸ਼ੂ ਦਾ, ਇੱਥੇ ਹਰ ਸਾਲ ਪਾਣੀ ਭਰ ਜਾਂਦਾ ਆ। ਕੋਈ ਸਰਕਾਰ ਨੇ ਪੱਕਾ ਅਰੇਂਜਮੈਂਟ ਨਹੀਂ ਕੀਤਾ ਕਿ ਸਾਨੂੰ ਖਤਰਾ ਨਾ ਹੋਵੇ, ਕੋਈ ਇਹੋ ਜਿਹਾ ਅਰੇਂਜਮੈਂਟ ਕਰਨ, ਇੱਥੇ ਪੱਥਰ ਲਾਉਣ ਜਿੱਥੋਂ ਕਿ ਸਾਨੂੰ ਖਤਰਾ ਬਣਿਆ। ਅਸੀਂ ਪਿੱਛੇ ਵੀ ਅਪੀਲ ਕੀਤੀ ਸੀ 1-2 ਵਾਰੀ ਸਰਕਾਰ ਦੇ ਮੂਹਰੇ, ਉਹ ਆਪਣਾ ਚਲੋ ਬੋਰਾ ਬਾਰਾ ਲਾ ਗਿਆ ਥੋੜ੍ਹਾ ਬਹੁਤਾ, ਪਰ ਸਾਨੂੰ ਪੱਥਰ ਚਾਹੀਦੇ ਆ, ਪੱਕਾ ਅਰੇਂਜਮੈਂਟ ਚਾਹੀਦਾ। ਇੱਥੇ ਜਿਹੜੇ ਹੈਗੇ ਆ ਕਿੰਨੇ ਕੁ ਜਿਹੜੀ ਵਸੋਂ ਹੈਗੀ ਆ, ਕਿੰਨੇ ਕੁ ਘਰ ਜਿਹੜੇ ਹੈਗੇ ਆ ਇਸ ਵੇਲੇ ਹੈਗੇ ਆ? ਇੱਥੇ ਵਸੋ ਜੀ ਘੱਟੋ ਘੱਟ ਵੀ ਜੇ ਨਾਲ ਦਾ ਵੀ ਦੇਖੀਏ ਆਪਾਂ, ਨਾਲ ਵੀ ਤਕਰੀਬਨ 15,000 ਤੋਂ 2,000 ਤੱਕ ਜਨਤਾ ਜਿਹੜੀ ਬਿਲਕੁਲ ਨਾਲ ਹੀ ਵਰਤੀ ਪਈ ਹੈ। ਉਹ ਤੋਂ ਅੱਗੇ ਤਾਂ ਫਿਰ ਹਜ਼ਾਰਾਂ ਸ਼ਾਹਕੋਟ, ਲਗਭਗ ਸਾਰਾ ਸ਼ਾਹਕੋਟ ਹੀ ਇਸ ਪਾਣੀ ਦੀ ਮਾਰ ਥੱਲੇ ਆਉਂਦਾ। ਠੀਕ ਹੈ। ਅਤੇ ਜਿਹੜੇ ਸਰਕਾਰ ਵੱਲੋਂ ਇਸ ਵੇਲੇ ਅਨਾਊਂਸ ਕੀਤਾ ਗਿਆ ਹੈਗਾ ਕੈਂਪ ਬਣਾਏ ਗਏ ਹੈਗੇ ਆ, ਉਹਨਾਂ ਦੇ ਵਿੱਚ ਜਿਹੜੇ ਲੋਕ ਸ਼ਿਫਟ ਹੋ ਜਾਣ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ? ਦੇਖੋ ਜੀ, ਜਿੱਥੋਂ ਤੱਕ ਅਸੀਂ ਕੈਂਪਾਂ ਦੀ ਗੱਲ ਤੁਸੀਂ ਕਰਦੇ ਹੋ, ਸਾਡੇ ਕੋਲ ਅਜੇ ਤੱਕ ਕੈਂਪ ਬਾਰੇ ਇਨਫੋਰਮੇਸ਼ਨ ਕਿਸੇ ਨੇ ਆਣ ਕੇ ਨਹੀਂ ਦਿੱਤੀ ਕਿ ਤੁਹਾਡੇ ਪਿੰਡ ਦੇ ਲੋਕਾਂ ਨੂੰ ਜਾਂ ਜਨਤਾ ਨੂੰ ਅਸੀਂ ਇਸ ਕੈਂਪ ਦੇ ਵਿੱਚ ਲਿਜਾਣਾ ਜਾਂ ਇਸ ਦੇ ਵਿੱਚ ਲਿਜਾਣਾ। ਹਜੇ ਤੱਕ ਸਾਨੂੰ ਕੁਛ ਨਹੀਂ ਦੱਸਿਆ ਗਿਆ, ਨਾ ਹੀ ਸਾਡੇ ਕੋਲ ਕੋਈ ਇਹੋ ਜਿਹਾ ਸਾਧਨ ਲੈ ਕੇ ਆਏ ਆ ਕਿ ਇੱਥੋਂ ਲੋਕ ਤੁਸੀਂ ਉੱਥੇ ਸ਼ਿਫਟ ਕਰੋ। ਅਤੇ ਸਰ, ਇੱਥੇ ਲਾਗੇ ਛਾਗੇ ਕਿੰਨੇ ਪਿੰਡ ਹੈਗੇ ਆ ਟੋਟਲ ਆਪਣੇ? ਇੱਥੇ ਲਾਗੇ ਸਾਗੇ ਤਕਰੀਬਨ 25 ਤੋਂ 30 ਪਿੰਡ ਆ ਜੀ ਜਿਹੜੇ ਕਿ ਸਾਨੂੰ ਇਸ ਪਾਣੀ ਦੇ ਖਤਰੇ ਥੱਲੇ ਦੱਸਦੇ ਆ। ਅਤੇ ਤੁਹਾਨੂੰ ਹਜੇ ਤੱਕ ਕੋਈ ਅਲਰਟ ਨਹੀਂ ਕੀਤਾ ਗਿਆ? ਨਹੀਂ, ਅਲਰਟ ਤਾਂ ਕੀਤਾ ਹੋਇਆ ਵੀ ਬਚ ਜਾਓ, ਅਨਾਊਂਸਮੈਂਟਾਂ ਕਰਾ ਦਿਓ, ਹਰ ਇੱਕ ਆਪਣਾ ਆਪ ਬਚਾਅ ਕਰੇ। ਹੁਣ ਅਸੀਂ ਕੀ ਬਚਾਅ ਕਰ ਸਕਦੇ? ਤੇ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ? ਸਰਕਾਰ ਵੱਲੋਂ ਹਜੇ ਕੋਈ ਪ੍ਰਬੰਧ ਨਹੀਂ, ਕੋਈ ਕਿਤੇ ਕਿਸੇ ਨੂੰ ਬੈਠਣ ਲਈ ਕੋਈ ਜਗ੍ਹਾ ਨਹੀਂ ਦਿੱਤੀ। ਕੋਈ ਅਫਸਰ ਨਹੀਂ ਇੱਥੇ ਤੁਹਾਡੇ ਕੋਲ ਮੌਕੇ ਤੇ ਪਹੁੰਚਿਆ? ਅਫਸਰ ਤਾਂ ਆ ਕੇ ਚਲੇ ਗਏ ਜੀ, ਇੱਥੇ SDM ਸਾਹਿਬ ਵੀ ਆਏ ਆ, ਇੱਧਰੋਂ ਨਕੋਦਰ ਤੋਂ ਆਏ ਆ, ਅਤੇ ਹੋਰ ਵੀ ਇੱਧਰੋਂ ਜਗਰਾਉਂ ਵੱਲੋਂ ਵੀ ਆ ਰਹੇ ਨੇ, ਆਪਣੇ ਅਫਸਰ ਆ ਰਹੇ ਆ, ਆ ਕੇ ਚੱਲ ਜਾਂਦੇ ਆ ਦੇਖ ਕੇ। ਠੀਕ ਆ, ਪਰ ਹੁਣ ਤੁਸੀਂ ਇਹ ਦੇਖੋ ਵੀ ਪਾਣੀ ਹੁਣ ਸਾਡੇ ਸਿਰ 'ਤੇ ਆਇਆ, ਹੁਣ ਇਸ ਵੇਲੇ ਕੀ ਕਰ ਸਕਦਾ ਕੋਈ? ਇਹ ਤਾਂ ਪਹਿਲਾਂ ਸਾਡਾ ਇਲਾਜ ਕੀਤਾ ਜਾਵੇ ਇਸ ਪਾਣੀ ਦਾ, ਸਾਨੂੰ ਬਚਾਇਆ ਜਾਵੇ, ਹਰ ਸਾਲ ਸਾਡੇ 'ਤੇ ਇਹ ਦਿੱਕਤ ਆਉਂਦੀ ਹੈ। ਪਿੰਡ ਦੇ ਸਰਪੰਚ ਨੇ ਸਰਕਾਰ ਖਿਲਾਫ਼ ਆਪਣਾ ਗੁੱਸਾ ਕੱਢਿਆ, ਕਿਹਾ ਕਿ ਗੌਰਮੈਂਟ ਨੇ ਪਹਿਲਾਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇਕਰ ਉਹ ਲੋਕਾਂ ਨੂੰ ਘਰ ਖਾਲੀ ਕਰਨ ਦੀ ਗੱਲ ਕਰ ਰਹੇ ਨੇ ਤਾਂ ਉਹਨਾਂ ਲਈ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ। ਅਸੀਂ ਦਰਿਆ ਦੇ ਨੇੜੇ ਪਿੰਡ ਲੋਹਗੜ੍ਹ ਦਾ ਮੈਂ ਸਰਪੰਚ ਹਾਂ। ਹੁਣ ਤਾਂ ਸਰਕਾਰ ਕਹੀ ਜਾਂਦੀ ਹੈ ਵੀ ਫਟਾਫਟ ਪਿੰਡ 'ਚੋਂ ਉੱਠ ਕੇ ਚੱਲ ਜਾਓ, ਡੇਰਿਆਂ ਤੋਂ ਉੱਠ ਕੇ ਚੱਲ ਜਾਣਾ। 88 ਤੋਂ ਇਲਾਵਾ ਬਾਅਦ 'ਚ ਹੜ੍ਹ ਨਹੀਂ ਆਇਆ ਅਤੇ ਇਹਨਾਂ ਦੇ ਕੰਨ 'ਤੇ ਜੂਨ ਨਹੀਂ ਸਰਕੀ, ਨਾਲ ਬਿਲਕੁਲ ਦਰਿਆ ਦੇ ਪੁਲ ਦੇ ਨਾਲ ਆ, ਇੱਥੇ ਵੀ ਨਹੀਂ ਪੱਥਰ ਲੱਗਾ, ਕੋਈ ਪ੍ਰਬੰਧ ਨਹੀਂ ਗਾ ਗੌਰਮੈਂਟ ਦਾ, ਅਜੇ ਤਾਈਂ ਕੋਈ ਨਹੀਂ ਆਇਆ। ਉੱਥੇ ਬੈਠੇ ਸਾਰੇ ਖਬਰਾਂ ਦੇਈ ਜਾਂਦੇ ਆ ਵੀ ਆਣ ਕੇ ਘਰਾਂ 'ਚੋਂ ਉੱਠ ਜਾਣ, ਘਰ ਛੱਡ ਕੇ ਲੋਕ ਕਿੱਧਰ ਹੀ ਛੇਤੀ ਉੱਠ ਜਾਣ, ਇੰਨਾ ਸਮਾਨ ਲੈ ਕੇ ਕਿੱਥੇ ਜਾਣ ਲੋਕ। ਪਹਿਲਾਂ ਕੋਈ ਪ੍ਰਬੰਧ ਨਹੀਂ ਕਰਦੇ ਆ, ਕੋਈ ਕਿਤੇ ਪੱਥਰ ਨਹੀਂ ਲਾਇਆ, ਕਿਤੇ ਕੁਛ ਨਹੀਂ ਗਾ, ਬਿਲਕੁਲ ਸਰਕਾਰ ਦਾ ਇਸ ਕੰਮ ਵੱਲ ਧਿਆਨ ਨਹੀਂ ਗਾ। ਇਸ ਕਰਕੇ ਮਿਹਰਬਾਨੀ ਕਰਕੇ ਅਤੇ ਹੁਣ ਜਿਹਨਾਂ ਨੂੰ ਉਠਾਉਣਾ ਹੈ ਉਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ, ਉੱਠ ਕੇ ਕਿੱਥੇ ਜਾਣ ਲੋਕ ਐਡੀ ਛੇਤੀ। ਇਹਦਾ ਬੰਦ ਆ ਕੋਈ ਪੱਕਾ ਪ੍ਰਬੰਧ ਪੱਥਰ ਲਾ ਕੇ ਹੋਵੇ, ਜਦੋਂ ਪਾਣੀ ਆਉਂਦਾ ਉਦੋਂ ਤਾਂ ਕਹੀ ਜਾਂਦੇ ਵੀ ਫਟਾਫਟ ਉੱਠ ਕੇ ਚੱਲ ਜਾਓ, ਪਹਿਲਾਂ ਕਿਸੇ ਦਾ ਧਿਆਨ ਨਹੀਂ ਇਸ ਗੱਲ 'ਚ, ਪਹਿਲਾਂ ਸਰਕਾਰ ਪਹਿਲਾਂ ਸੁੱਤੀ ਪਈ ਆ, ਬਿਲਕੁਲ ਨਹੀਂ ਇਹਨਾਂ ਦਾ ਧਿਆਨ। ਹੁਣ ਸਾਰੇ ਕਹੀ ਜਾਂਦੇ ਆ, ਉੱਥੋਂ ਨੈਟ 'ਤੇ ਖਬਰਾਂ ਪਾਈ ਜਾਂਦੇ ਆ, ਇੰਨਾ ਪਾਣੀ ਆ ਰਿਹਾ, ਇੰਨਾ ਆ ਰਿਹਾ, ਜਦੋਂ ਪਹਿਲਾਂ ਨਹੀਂ ਇਹਨਾਂ ਨੂੰ ਪਤਾ ਵੀ ਇਹਦਾ ਕੋਈ ਪ੍ਰਬੰਧ ਕਰੀਏ, ਬੰਦ ਦਾ ਪੱਕਾ ਕਰੀਏ। ਜਲੰਧਰ ਦੇ DC ਨੇ ਸਖ਼ਤ ਨਿਰਦੇਸ਼ ਦੇ ਦਿੱਤੇ ਨੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਸਥਿਤੀ 'ਤੇ ਨਜ਼ਰ ਰੱਖੇ ਹੋਏ ਨੇ। ਉਹਨਾਂ ਨੇ ਫਿਲੌਰ, ਨਕੋਦਰ ਅਤੇ ਸ਼ਾਹਕੋਟ ਦੇ ਸਬ ਡਿਵੀਜ਼ਨਲ ਮੈਜਿਸਟਰੇਟਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਅਤੇ ਹੇਠਲੇ ਇਲਾਕੇ 'ਚ ਰਹਿਣ ਵਾਲੇ ਲੋਕਾਂ 'ਤੇ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਸਿਹਤ ਵਿਭਾਗ ਨੂੰ ਸਿਹਤ ਟੀਮਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ।
गोताखोरों नूं भी अलर्ट कर दिता गया। उन्हें कहा कि हर दी समस्या नाल नजिठण लई लोगों की मदद च किसी भी तरह की कोई कसर नहीं छड्डी जाएगी। उन्हें कहा कि हर दी स्थिति नाल नजिठण लई जिला प्रशासन पूरी तरह कौमी आफत राहत फोर्स और सूबा आफत राहत फोर्स के लगातार संपर्क च ने। जलंधर तो पुनीत अरोड़ा की रिपोर्ट, चैनल पंजाब। हर लेटेस्ट खबर नूं सब तो पहला देखने लिए साडे चैनल चैनल पंजाब नूं करो सबसक्राइब ते नोटिफिकेशन लई दबाओ बैल दा बटन।